ਇੱਥੇ ਪਤੀਸਾ ਫੈਕਟਰੀ ਦੇ ਵਿੱਚ ਜਿਹੜੀ ਹੈ ਉਹ ਅਸੀਂ ਚੈਕਿੰਗ ਕੀਤੀ ਸੀ ਜਿਹਦੇ ਦੌਰਾਨ ਸਾਨੂੰ 4 ਸੈਂਪਲ ਲਏ ਸੀ ਉਹਨਾਂ 'ਚ 2 ਸੈਂਪਲ ਜਿਹੜੇ ਆ ਮਿਲਕ ਕੇਕ ਦੇ ਸੀ ਖੋਇਆ ਬਰਫੀ ਦਾ ਸੀ ਔਰ 1 ਸੈਂਪਲ ਪਤੀਸੇ ਦਾ ਸੀ ਜਿਹੜੇ ਸਾਰੇ ਸੈਂਪਲਸ ਉਹ ਤਿੰਨੇ ਆ ਉਹ ਜਿਹੜੇ ਆ ਸਬ ਸਟੈਂਡਰਡ ਪਾਏ ਗਏ ਆ ਜਿਨ੍ਹਾਂ ਵਿੱਚੋਂ ਸਾਡੇ ਕੋਲ 1392 ਜਿਹੜੀ 92 ਆ ਉਹ ਹੈਗੀ ਆ ਮਿਲਕ ਕੇਕ ਔਰ 255 ਜਿਹੜੀ ਹੈ ਖੋਇਆ ਬਰਫੀ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ਤੇ ਫੈਕਟਰੀਆਂ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲੇ ਚ ਮੋਗਾ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਪਤੀਸਾ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਸੀ ਦੱਸਿਆ ਜਾ ਰਿਹਾ ਕਿ ਉੱਥੇ ਜੋ 4 ਸੈਂਪਲ ਲਏ ਗਏ ਸੀ ਉਸ ਦੇ ਵਿੱਚੋਂ 3 ਸੈਂਪਲ ਸ਼ੱਕੀ ਪਾਏ ਗਏ ਨੇ ਦੱਸੀ ਕਿ ਇਸ ਸੰਬੰਧੀ SMO ਮੋਗਾ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਫੈਕਟਰੀ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ ਤੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਹੁਣ 3 ਸੈਂਪਲ ਸ਼ੱਕੀ ਪਾਏ ਗਏ ਨੇ ਯੋਗ ਸਿਹਤ ਮੰਤਰੀ ਜੀ ਦੇ ਆਦੇਸ਼ਾਂ ਅਨੁਸਾਰ 7/11/23 ਨੂੰ ਅਸੀਂ ਇੱਕ ਇੱਥੇ ਪਤੀਸਾ ਫੈਕਟਰੀ ਦੇ ਵਿੱਚ ਜਿਹੜੀ ਹੈ ਉਹ ਅਸੀਂ ਚੈਕਿੰਗ ਕੀਤੀ ਸੀ ਜਿਹਦੇ ਦੌਰਾਨ ਸਾਨੂੰ 4 ਸੈਂਪਲ ਲਏ ਸੀ ਉਹਨਾਂ 'ਚ 2 ਸੈਂਪਲ ਜਿਹੜੇ ਆ ਮਿਲਕ ਕੇਕ ਦੇ ਸੀ ਖੋਇਆ ਬਰਫੀ ਦਾ ਸੀ ਔਰ 1 ਸੈਂਪਲ ਪਤੀਸੇ ਦਾ ਸੀ ਔਰ ਸਾਨੂੰ ਕੱਲ੍ਹ 9/11/23 ਨੂੰ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ 'ਚ 3 ਸੈਂਪਲ ਜਿਹੜੇ ਆ ਜਿਨ੍ਹਾਂ 'ਚ ਜਿਹੜਾ ਸਬ ਸਟੈਂਡਰਡ ਪਾਇਆ ਗਿਆ ਔਰ ਪਤੀਸਾ ਬਰਫ ਪਤੀਸੇ ਦਾ ਸੈਂਪਲ ਪਾਸ ਪਾਇਆ ਗਿਆ ਟੋਟਲ ਜਿਹੜੀ ਅਸੀਂ ਸੀਜ਼ਰ ਕੀਤੀਆਂ ਸੀਗੀਆਂ ਉਹਦੀ ਕੁਆਂਟਿਟੀ 1647 ਕਿਲੋ ਸੀਗੀ ਜਿਹੜੇ ਸਾਰੇ ਸੈਂਪਲਸ ਉਹ ਤਿੰਨੇ ਆ ਉਹ ਜਿਹੜੇ ਆ ਸਬ ਸਟੈਂਡਰਡ ਪਾਏ ਗਏ ਆ ਜਿਨ੍ਹਾਂ ਵਿੱਚੋਂ ਸਾਡੇ ਕੋਲ 1392 ਆ ਉਹ ਹੈਗੀ ਹੈ ਮਿਲਕ ਕੇਕ ਔਰ 255 ਜਿਹੜੀ ਹੈ ਖੋਇਆ ਬਰਫੀ ਇਹ ਸਬ ਸਟੈਂਡਰਡ ਜਿਹੜੇ ਸੈਂਪਲਸ ਨੇ ਇਹਨਾਂ ਲਈ ਜਿਹੜੀ ਅਗਲੀ ਕਾਰਵਾਈ ਹੈ ਮੈਂ ਆਪਣੇ DHO ਨੂੰ ਔਰ FSS ਨੂੰ ਕਿਹਾ ਵੀ ਇਹਦੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਦੀਆਂ ਆਪਸ਼ਨਸ ਹੁੰਦੀਆਂ ਜੀ ਉਹ DHO ਮੈਡਮ ਇਹਨੂੰ ਦੇਖ ਕੇ ਔਰ ਸਾਰੀ ਰਿਪੋਰਟਿੰਗ ਦੇਖ ਕੇ ਦੇਖਣ ਤੋਂ ਬਾਅਦ ਜਿਸ ਤਰ੍ਹਾਂ ਅੱਗੇ ਕਾਨੂੰਨੀ ਕਾਰਵਾਈ ਹੈਗੀ ਆ ਉਹ ਕਰਨਗੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤਿਉਹਾਰ ਹੈ ਇਸ ਵੇਲੇ ਪੂਰੇ ਜ਼ੋਰਾਂ ਦੇ ਉੱਪਰ ਹੈਗੇ ਨੇ ਔਰ ਹੋਰ ਵੀ ਜਿਹੜੀਆਂ ਟੀਮਾਂ ਕਿਹੜੀਆਂ ਟੀਮਾਂ ਲਗਾਈਆਂ ਗਈਆਂ ਜੀ ਦੇਖੋ ਸਾਡੇ DHO ਮੈਡਮ ਔਰ ਸਾਡੇ FSO ਜਿਹੜੇ ਆ ਲਗਾਤਾਰ ਲੋਕਾਂ ਨੂੰ ਜਿਹੜੇ ਆ ਚੈੱਕ ਵੀ ਜਿਹੜੀਆਂ ਜਾ ਕੇ ਦੁਕਾਨਾਂ 'ਤੇ ਕੀਤਾ ਜਾ ਰਿਹਾ ਔਰ ਮੈਂ ਵੀ ਪਰਸਨਲ ਤੌਰ ਦੇ ਉੱਤੇ ਵਾਰ ਵਾਰ ਔਰ ਰੋਜ਼ ਅਪੀਲ ਕਰ ਰਹੇ ਹਾਂ ਆਪਣੇ ਸਾਰੇ ਜਿੰਨੇ ਵੀ ਥਾਵਾਂ ਦੇ ਉੱਤੇ ਆਪਣੇ ਮਿਠਾਈਆਂ ਕੋਈ ਖਾਣ ਵਾਲੀਆਂ ਵਸਤੂਆਂ ਆਦਿ ਜਿਹੜੀਆਂ ਵਿਕਦੀਆਂ ਸਾਫ਼ ਸੁਥਰੀਆਂ ਅਤੇ ਚੰਗੀਆਂ ਦੇਣ ਤਾਂ ਕਿ ਸਾਡੀ ਕਿਸੇ ਵੀ ਤਰ੍ਹਾਂ ਨਾਲ ਜਿਹੜੀ ਆਮ ਜਨਤਾ ਦਾ ਉਹ ਸਿਹਤ ਨਾਲ ਖਿਲਵਾੜ ਨਾ ਕੀਤਾ ਜਾ ਸਕੇ ਫਿਲਹਾਲ ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 4 ਸੈਂਪਲ ਲਏ ਗਏ ਸੀ ਜਿਸ ਦੇ ਵਿੱਚ ਮਿਲਕ ਕੇਕ ਵੀ ਸ਼ਾਮਿਲ ਸੀ ਉਹਨਾਂ ਦੱਸਿਆ ਕਿ 3 ਸੈਂਪਲ ਸ਼ੱਕੀ ਪਾਏ ਜਾ ਰਹੇ ਨੇ ਜਿਨ੍ਹਾਂ ਦੀ ਹਜੇ ਪੁਸ਼ਟੀ ਸਿਹਤ ਵਿਭਾਗ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਉਹਨਾਂ ਕਿਹਾ ਕਿ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੋਗਾ ਦੇ SMO ਵੱਲੋਂ ਬਾਕੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੋਕਾਂ ਨੂੰ ਸਾਫ਼ ਸੁਥਰੀਆਂ ਮਠਿਆਈਆਂ ਮੁਹੱਈਆ ਕਰਵਾਉਣ ਅਤੇ ਜਿਸ ਦੇ ਵੱਲੋਂ ਵੀ ਕੋਈ ਅਣਗਹਿਲੀ ਵਰਤੀ ਗਈ ਉਸ ਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਮੋਗਾ ਤੋਂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ